ਮੱਧ ਪ੍ਰਦੇਸ਼ ਤੋਂ ਇੱਕ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ ਜੋ ਜਗਬਾਣੀ ਵੱਲੋਂ ਰਿਪੋਰਟ ਛਾਪੀ ਗਈ ਹੈ। ਉਹਨਾਂ ਅਨੁਸਾਰ ਮੱਧ ਪ੍ਰਦੇਸ਼ ਦੇ ਵਿੱਚ ਅੱਜ ਵੀ ਨੂੰਹਾਂ ਅਤੇ ਧੀਆਂ ਦੀ ਮੰਡੀ ਲੱਗਦੀ ਹੈ। ਇਸ 'ਚ ਪੰਚ ਬੈਠਦੇ ਨੇ ਅਤੇ ਧੀਆਂ ਦੀ ਬੋਲੀ ਲਗਾਈ ਜਾਂਦੀ ਹੈ, ਫਿਰ ਧੀਆਂ ਨੂੰ ਸ਼ਰੇਆਮ ਵੇਚ ਦਿੱਤਾ ਜਾਂਦਾ ਹੈ। ਇਸ ਸੂਬੇ ਦੇ ਰਾਜਗੜ੍ਹ ਵਿੱਚ ਵੀ ਅਜਿਹੀ ਇੱਕ ਮੰਡੀ ਲੱਗਦੀ ਹੈ ਜਿੱਥੇ ਪਿਤਾ, ਪਤੀ ਅਤੇ ਸਹੁਰੇ ਮਿਲ ਕੇ ਇੱਕ ਧੀ ਦੀ ਨਿਲਾਮੀ ਕਰਦੇ ਨੇ। ਮੰਡੀ ਵਿੱਚ ਜੋ ਸਭ ਤੋਂ ਵੱਧ ਬੋਲੀ ਲਗਾਉਂਦਾ ਹੈ ਧੀ ਉਸਨੂੰ ਸੌਂਪ ਦਿੱਤੀ ਜਾਂਦੀ ਹੈ। ਇਸ ਸਭ ਕੁਝ ਨੂੰ ਇੱਥੇ ਇੱਕ ਪਰੰਪਰਾ ਝਗੜਾ ਨਾਥਰਾ ਅਧੀਨ ਕੀਤਾ ਜਾਂਦਾ ਹੈ। ਹਾਲਤ ਇਹ ਹੈ ਕਿ ਪ੍ਰਸ਼ਾਸਨ ਤੋਂ ਲੈ ਕੇ ਪੁਲਿਸ ਤੱਕ ਹਰ ਕੋਈ ਇਸ ਬਾਰੇ ਜਾਣਦਾ ਹੈ, ਇਸ ਦੇ ਬਾਵਜੂਦ ਕੁਝ ਨਹੀਂ ਕੀਤਾ ਜਾ ਰਿਹਾ। ਰਾਜਗੜ੍ਹ 'ਚ ਭਾਵੇਂ ਧੀ ਦੀ ਵਿਦਾਈ ਆਮ ਹੀ ਹੁੰਦੀ ਹੈ, ਪਰ ਸਹੁਰੇ ਘਰ ਪਹੁੰਚ ਕੇ ਪਰੰਪਰਾ ਦੇ ਨਾਂ 'ਤੇ ਅਜਿਹਾ ਪਾਪ ਕੀਤਾ ਜਾਂਦਾ ਹੈ ਜੋ ਕਿਸੇ ਡਰਾਉਂਦੇ ਸੁਪਨੇ ਤੋਂ ਘੱਟ ਨਹੀਂ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬੋਲੀ 'ਚ ਲੜਕੀ ਦੇ ਪਿਤਾ ਅਤੇ ਪਤੀ ਦੋਵੇਂ ਮੌਜੂਦ ਹੁੰਦੇ ਨੇ। ਇਸ ਪਿੰਡ 'ਚ ਪਤਾ ਨਹੀਂ ਕਿੰਨੀਆਂ ਕੁ ਧੀਆਂ ਹਨ ਜਿਨ੍ਹਾਂ ਦੀ ਜਾਂ ਤਾਂ ਬੋਲੀ ਲੱਗ ਚੁੱਕੀ ਹੈ ਜਾਂ ਫਿਰ ਲੱਗਣ ਵਾਲੀ ਹੈ। ਅਜੇ ਇੱਕ ਧੀ ਪੜ੍ਹਨਾ ਲਿਖਣਾ ਚਾਹੁੰਦੀ ਹੈ, ਪਰ ਉਸਦੀ ਕਿਸਮਤ ਦਾ ਫੈਸਲਾ ਵੀ ਮੰਡੀ ਦੇ ਵਿੱਚ ਕੀਤਾ ਜਾਂਦਾ ਹੈ। ਇਸਦਾ ਸੌਦਾ 18 ਲੱਖ ਰੁਪਏ ਦੇ ਵਿੱਚ ਤੈਅ ਕੀਤਾ ਗਿਆ। ਧੀ ਨਹੀਂ ਵਿਕਣਾ ਚਾਹੁੰਦੀ ਸੀ, ਪਰ ਇਸਦੇ ਸਹੁਰਿਆਂ ਕਾਰਨ ਇਸਦੇ ਪਿਤਾ ਦੀ ਮਜਬੂਰੀ ਸੀ ਕਿ ਇਸ ਨੂੰ ਮੰਡੀ ਤੱਕ ਲਿਜਾਇਆ, ਜਿੱਥੇ ਉਸਦੀ ਕੀਮਤ 18 ਲੱਖ ਰੁਪਏ ਲਗਾ ਦਿੱਤੀ ਗਈ। ਝਗੜਾ ਨਾਥਰਾ ਪਰੰਪਰਾ ਨਾਲ ਔਰਤਾਂ ਦੀ ਜ਼ਿੰਦਗੀ ਨਰਕ ਬਣਾਈ ਜਾ ਰਹੀ ਹੈ। ਇਸ ਪਰੰਪਰਾ 'ਚ ਪਹਿਲਾਂ ਤਾਂ ਲੜਕੀ ਦਾ ਬਾਲ ਵਿਆਹ ਕਰ ਦਿੱਤਾ ਜਾਂਦਾ ਹੈ, ਫਿਰ ਲੜਕੀ ਦਾ ਸਰੀਰਕ ਸ਼ੋਸ਼ਣ ਕਰਕੇ ਉਸ ਨੂੰ ਛੱਡ ਦਿੱਤਾ ਜਾਂਦਾ ਹੈ। ਪਰ ਇਸ ਦੇ ਬਾਵਜੂਦ ਪਤੀ ਲੜਕੀ ਨੂੰ ਤਲਾਕ ਨਹੀਂ ਦਿੰਦਾ। ਤਲਾਕ ਲਈ ਲੜਕੀ ਦੇ ਪਿਤਾ ਨੂੰ ਸਹੁਰਿਆਂ ਨੂੰ ਮੋਟੀ ਰਕਮ ਦੇਣੀ ਪੈਂਦੀ ਹੈ। ਪੈਸਿਆਂ ਦੇ ਲਈ ਕੁੜੀ ਦਾ ਪਿਤਾ ਪੰਚਾਂ ਕੋਲ ਜਾਂਦਾ ਹੈ, ਜਿੱਥੇ ਧੀ ਦੀ ਨਿਲਾਮੀ ਹੁੰਦੀ ਹੈ। ਇਹ ਸਭ ਕੁਝ ਸ਼ਰੇਆਮ ਹੋ ਰਿਹਾ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਇਹਨਾਂ ਖਿਲਾਫ਼ ਕੋਈ ਠੋਸ ਕਾਰਵਾਈ ਕਰਨ ਨੂੰ ਤਿਆਰ ਨਹੀਂ।